आज न्यूज़ वाला देख रहे सारे दर्शकों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ। ਆਉਂਦੇ ਸਮੇਂ ਵਿੱਚ ਦੇਸ਼ ਭਰ 'ਚ ਯਾਤਰਾ ਕਰਨ ਲਈ ਟਿਕਟ ਖਰੀਦਣ ਦੀ ਜ਼ਰੂਰਤ ਨਹੀਂ ਹੋਵੇਗੀ। ਸਰਕਾਰ ਇੱਕ ਸਮਾਰਟ ਕਾਰਡ ਲਾਂਚ ਕਰਨ ਦੀ योजना बना रही है जो कि टिकटां दी जरूरत नूं खत्म करेगी। यह कार्ड किते भी बस मैट्रो रेलवे राही वरते जा सकते हैं। केंद्रीय सड़क आवाजाही ते रेल मार्ग मंत्री नितिन गडकरी अनुसार इस कार्ड की विशेषता यह रहेगी कि एक व्यक्ति बस च चढ़न ते उतरन तो बाद किराया अपने आप घट हो जाएगा। दरअसल 2 दिन पहला नितिन गडकरी ने इलैक्ट्रिक मोबिलिटी बारे प्रोग्राम नूं संबोधन करदे बस ते मैट्रो विच यात्रा करन लई विशेष कार्ड लांच करन दी योजना दा खुलासा कीता सी। ਉਹਨਾਂ ਅਨੁਸਾਰ ਇਹ ਕਾਰਡ ਦੇਸ਼ ਭਰ ਦੀਆਂ ਸਾਰੀਆਂ ਬੱਸਾਂ ਤੇ ਮਹਾਨਗਰਾਂ 'ਚ ਚੱਲੇਗਾ। ਭਾਵ ਕਾਰਡ ਖਰੀਦ ਕੇ ਕੋਈ ਵਿਅਕਤੀ ਕਿਤੇ ਵੀ ਯਾਤਰਾ ਕਰ ਸਕਦਾ ਹੈ। ਸਪਸ਼ਟ ਤੌਰ ਤੇ ਮੌਜੂਦਾ ਫਾਸਟੈਗ ਦੀ ਤਰ੍ਹਾਂ ਇਸ ਕਾਰਡ 'ਚ ਵੀ ਪੈਸੇ ਪਵਾਉਣੇ ਪੈਣਗੇ। ਇਹ ਨਹੀਂ, ਸਰਕਾਰ ਇਸ ਕਾਰਡ ਨੂੰ ਸਰਵਵਿਆਪੀ ਬਣਾਉਣ ਦੀ ਯੋਜਨਾ ਵੀ ਬਣਾ ਰਹੀ ਹੈ। ਗਡਕਰੀ ਅਨੁਸਾਰ ਕਾਰਡ ਗਲੀ ਦੇ ਕੋਨੇ ਤੋਂ ਸਥਿਤ ਪਾਨ ਦੀ ਦੁਕਾਨ ਤੇ ਵੀ ਉਪਲਬਧ ਹੋਵੇਗਾ। ਸੜਕ ਆਵਾਜਾਈ ਤੇ ਰੇਲ ਮਾਰਗ ਮੰਤਰਾਲੇ ਦੇ ਉੱਚ ਪੱਧਰ ਦੇ ਸੂਤਰਾਂ ਅਨੁਸਾਰ ਦੇਸ਼ ਭਰ ਵਿੱਚ ਟਰਾਂਸਪੋਰਟ ਸੇਵਾਵਾਂ ਲਈ ਇੱਕ ਕਾਰਡ ਲਈ ਇੱਕ ਟੈਕਨੋਲੋਜੀ ਵਿਕਸਿਤ ਕਰਨ ਦਾ ਕੰਮ ਚੱਲ ਰਿਹਾ ਹੈ ਤੇ ਇਸ ਦਾ ਪਾਇਲਟ ਪ੍ਰੋਜੈਕਟ ਅਗਲੇ 6 ਮਹੀਨਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ। ਪਾਇਲਟ ਪ੍ਰੋਜੈਕਟ ਦੇ ਤਜਰਬਿਆਂ ਦੇ ਆਧਾਰ ਤੇ ਇਸ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ, ਪਰ ਸਰਕਾਰ ਦੀ ਤਿਆਰੀ ਇਸ ਨੂੰ ਜਲਦ ਤੋਂ ਜਲਦ ਪੂਰੇ ਦੇਸ਼ ਵਿੱਚ ਲਾਂਚ ਕਰਨ ਦੀ ਹੈ। ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ। ਧੰਨਵਾਦ।